ਦੋਸਤੋ ਅੱਜ ਤੁਹਾਡੇ ਲਈ ਅਜੇਹੇ ਮਹਾਨ ਯੋਧੇ ਦੀ ਬਾਇਓਗ੍ਰਾਫੀ ਲੈ ਕੇ حاضر ਹੋਏ ਹਾਂ ਜਸਨੂ ਕੇ ਮੌਤ ਤੋਂ ਤਾਂ ਜਮਾਂ ਹੀ ਡਰ ਨਹੀਂ ਲੱਗਦਾ ਸੀ ਤੇ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ 65 ਲੋਕਾਂ ਦੀ ਜਾਨ ਬਚਾਈ ਸੀ ਕਿਸ ਤਰ੍ਹਾਂ ਬਚਾਈ ਸੀ ਜਾਨ ਤੁਹਾਨੂੰ ਪੂਰੀ ਸਟੋਰੀ ਬਾਰੇ ਦੱਸਾਂਗੇ ਸੋ ਵੀਡੀਓ ਨੂੰ ਆਨ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜਸਵੰਤ ਸਿੰਘ ਗੱਲ ਜਿਨ੍ਹਾਂ ਨੂੰ ਕੇ ਕੈਪਸੂਲ ਕਿਲ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਘਟਨਾ ਜੋ ਹੋਈ ਸੀ ਰਾਣੀ ਗੰਜ ਵਿੱਚ ਹੋਈ ਸੀ ਤੇ ਉਹਨਾਂ ਨੂੰ ਹੀਰੋ ਔਫਰ ਰਾਣੀ ਗੰਜ ਵੀ ਗਿਆ ਜਾਂਦਾ ਤੇ ਉਹਨਾਂ ਨੇ 6 ਘੰਟਿਆਂ ਵਿੱਚ 65 ਲੋਕਾਂ ਦੀ ਜਿੰਦਗੀ ਬਚਾ ਲਈ ਸੀ 13 ਨਵੰਬਰ 1999 ਨੂੰ ਰਾਣੀ ਗੰਜ ਦੇ ਮਹਾਵੀਰ ਖਦਾਨੇ ਯਾਨੀ ਕਿ ਵੈਸਟ ਬੰਗਾਲ ਵਿੱਚ ਕੋਲੇ ਦੀਆਂ ਖਦਾਨਾਂ ਨੂੰ ਬਲਾਸਟ ਕਰਕੇ ਤੋੜਨ ਦੇ ਦੌਰਾਨ ਪਾਣੀ ਦੀ ਦੀਵਾਰ ਵਿੱਚ ਦਰਾਰ ਪੈ ਗਈ ਸੀ ਜਿਸ ਤੋਂ ਬਾਅਦ ਪਾਣੀ ਤੇਜ਼ੀ ਨਾਲ ਉਸ ਖਦਾਨ ਵਿੱਚ ਭਰਨ ਲੱਗਿਆ ਜਿਸ ਕਰਕੇ ਉੱਥੇ ਕੰਮ ਕਰ ਰਹੇ 230 ਲੋਕਾਂ ਵਿੱਚੋਂ 6 ਲੋਕਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਤੇ ਜਿਹੜੇ ਲੋਕ ਲਿਫਟ ਤੇ ਕੋਲੇ ਹੀ ਖੜੇ ਸਨ ਉਹਨਾਂ ਨੂੰ ਜਲਦੀ ਨਾਲ ਬਾਹਰ ਖਿੱਚ ਲਿਆ ਗਿਆ ਪਰ ਇਸ ਤੋਂ ਬਾਅਦ 65 ਲੋਕ ਖਦਾਨ ਵਿੱਚ ਫਿਰ ਵੀ ਫਸੇ ਹੋਏ ਸਨ ਜਿਸ ਸਮੇਂ ਇਹ ਘਟਨਾ ਹੋਈ ਉਸ ਸਮੇਂ ਦੇ ਦੌਰਾਨ ਜਸਵੰਤ ਸਿੰਘ ਗਿੱਲ ਬਤੌਰ ਐਡੀਸ਼ਨਲ ਚੀਫ ਮਾਈਨਿੰਗ ਇੰਜੀਨੀਅਰ ਦੀ ਪੋਸਟ ਤੇ ਕੰਮ ਕਰ ਰਹੇ ਸਨ ਜਦੋਂ ਹੀ ਇਸ ਘਟਨਾ ਬਾਰੇ ਉਹਨਾਂ ਨੂੰ ਪਤਾ ਲੱਗਿਆ ਤਾਂ ਤੁਰੰਤ ਖਦਾਨ ਵਿੱਚ ਜਾਣ ਦਾ ਉਹਨਾਂ ਨੇ ਫੈਸਲਾ ਕੀਤਾ ਜਸਵੰਤ ਸਿੰਘ ਗਿੱਲ ਨੇ ਆਪਸਰਾ ਨੂੰ ਪਾਣੀ ਦੇ ਪੰਪ ਨਾਲ ਬਾਹਰ ਕੱਢਣ ਲਈ ਕਿਹਾ ਪਰ ਉਹਨਾਂ ਦਾ ਇਹ तरीका काम ਨਹੀਂ ਆਇਆ ਇਸ ਤੋਂ ਬਾਅਦ ਉਹਨਾਂ ਨੇ ਬੋਰ ਖੋਦੇ ਜਿਸ ਨਾਲ ਖਦਾਨ ਵਿੱਚ ਫਸੇ ਮਜ਼ਦੂਰਾਂ ਤੱਕ ਜਿੰਦਾ ਰਹਿਣ ਲਈ ਖਾਣਾ ਪੀਣਾ ਪਹਚਾਇਆ ਜਾ ਸਕੇ ਤੇ ਫਿਰ ਉਹਨਾਂ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਜਿਸ ਤੋਂ ਬਾਅਦ ਉਹਨਾਂ ਨੇ 2.5 ਮੀਟਰ ਲੰਬਾ ਇੱਕ ਸਟੀਲ ਦਾ ਕੈਪਸੂਲ ਤਿਆਰ ਕੀਤਾ ਜਿਸ ਨੂੰ ਕਿ ਖੋਦੇ ਹੋਏ ਬੋਰ ਦੇ ਜਰੀਏ ਖਦਾਨ ਵਿੱਚ ਉਤਾਰਿਆ ਗਿਆ ਉਸ ਸਮੇਂ ਜਸਵੰਤ ਸਿੰਘ ਗਿੱਲ ਮੁਸ਼ਕਲ ਵਿੱਚ ਫਸੇ ਲੋਕਾਂ ਨੂੰ ਬਚਾਉਣ ਦੀ ਟ੍ਰੇਨਿੰਗ ਲੈ ਚੁੱਕੇ ਸਨ ਤੇ ਉਹ ਬਿਨਾਂ ਕੁਝ ਸੋਚੇ ਖਦਾਨ ਵਿੱਚ ਉਤਰ ਗਏ ਦੀ ਲੋਕਾਂ ਤੇ ਸਰਕਾਰ ਨੇ ਉਸ ਦਾ ਵਿਰੋਧ ਵੀ ਕੀਤਾ ਪਰ ਜਸਵੰਤ ਸਿੰਘ ਗਿੱਲ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਆਪਣਾ ਰੈਸਕਿਊ ਜਾਰੀ ਰੱਖਿਆ ਤੇ ਉਹਨਾਂ ਦੇ ਦਿਮਾਗ ਵਿੱਚ ਇਹ ਚੱਲ ਰਿਹਾ ਸੀ ਕਿ ਖਦਾਨ ਵਿੱਚ ਜੇਕਰ ਕੋਈ ਵੀ ਵਿਅਕਤੀ ਜ਼ਿੰਦਾ ਬਚਿਆ ਤਾਂ ਉਸ ਨੂੰ ਬਾਹਰ ਜ਼ਰੂਰ ਲਿਆਉਣਾ ਚਾਹੀਦਾ ਤੇ ਉਹਨਾਂ ਦੇ ਇਸ ਆਈਡੀਏ ਨਾਲ 6 ਘੰਟਿਆਂ ਵਿੱਚ 65 ਲੋਕਾਂ ਨੂੰ ਖਦਾਨ ਵਿੱਚੋਂ ਬਾਹਰ ਕੱਢ ਲਿਆ ਗਿਆ ਜਸਵੰਤ ਸਿੰਘ ਗਿੱਲ ਜਦੋਂ ਤੱਕ ਖੁਦ ਬਾਹਰ ਨਹੀਂ ਆਏ ਤਾਂ ਲੋਕਾਂ ਵਿੱਚ ਪਰੇਸ਼ਾਨੀ ਬਣੀ ਹੋਈ ਸੀ ਪਰ ਜਸਵੰਤ ਸੇਂਗ ਗੱਲ ਅਖੀਰ ਵਿੱਚ ਬਾਹਰ ਆਏ ਤੇ ਉਹਨਾਂ ਦੀ ਇਸ ਬਹਾਦਰੀ ਦੇ ਕਾਰਨਾਮੇ ਤੋਂ 2 ਸਾਲ ਬਾਅਦ 1991 ਵਿੱਚ ਜਸਵੰਤ ਸਿੰਘ ਗੱਲ ਨੂੰ ਇੰਡੀਅਨ ਗਵਰਨਮੈਂਟ ਦੇ ਪ੍ਰੈਜ਼ੀਡੈਂਟ ਵੱਲੋਂ ਸਿਵਿਲੀਅਨ ਗਲੈਂਟਰੀ ਅਵਾਰਡ ਭਾਵ ਸਰਵੋਤਮ ਜੀਵਨ ਰક્ષਕ ਪਦਕ ਨਾਲ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੂੰ ਕੋਲ ਇੰਡੀਆ ਨੇ ਸਨਮਾਨਿਤ ਕਰਨ ਲਈ 16 ਨਵੰਬਰ ਨੂੰ ਰੈਸਕਿਊ ਡੇ ਕੋਸ਼ਤ ਕਰ ਦਿੱਤਾ ਤੇ ਜਸਵੰਤ ਸਿੰਘ ਗੱਲ ਨੇ ਕਿਹਾ ਕਿ ਕੈਪਸੂਲ ਮੈਥਡ ਕਈ ਦੇਸ਼ਾਂ ਵਿੱਚ ਵਰਤਿਆ ਜਾਂਦਾ ਹੈ 2010 ਵਿੱਚ ਚਿੱਲੀ ਵਿੱਚ ਇਸ ਦੀ ਵਰਤੋਂ ਕੀਤੀ ਗਈ ਸੀ ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਗਈ ਸੀ ਤੇ ਫਿਰ ਉਹਨਾਂ ਨੂੰ ਇੰਜੀਨੀਅਰਿੰਗ ਐਸੋਸੀਏਸ਼ਨ ਦੁਆਰਾ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਟਾਟਾ ਗਰੁੱਪ ਵੱਲੋਂ ਵੀ ਉਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਹੋਰ ਵੀ ਕਈ ਰਾਜਾਂ ਅਤੇ ਸੰਸਥਾਵਾਂ ਵੱਲੋਂ ਉਹਨਾਂ ਨੂੰ ਪੁਰਸਕਾਰ ਦਿੱਤੇ ਗਏ ਤੇ ਜਸਵੰਤ ਸਿੰਘ ਗੱਲ ਦੱਸਦਿਆਂ ਨੇ ਕਿ ਜੋ ਕੈਪਸੂਲ ਉਹਨਾਂ ਨੇ ਤਿਆਰ ਕੀਤਾ ਸੀ ਉਹ ਪਹਿਲੀ ਵਾਰ ਹੀ ਬਣਾਇਆ ਗਿਆ ਸੀ ਤੇ ਫਿਰ ਬਾਅਦ ਵਿੱਚ ਦੁਨੀਆ ਵਿੱਚ ਬਹੁਤ ਸਾਰੇ ਦੇਸ਼ਾਂ ਨੇ ਇਸ ਤਕਨੀਕ ਦਾ ਇਸਤੇਮਾਲ ਕੀਤਾ ਸੁਏਸੀ ਅੰਮ੍ਰਿਤਸਰ ਵਿੱਚ ਪੈਦਾ ਹੋਏ ਜਸਮント ਸਿੰਘ ਗਿੱਲ ਦੀ ਬਹਾਦਰੀ ਦੀ ਪੂਰੀ ਕਹਾਣੀ ਜਸਤੇ ਕੇ ਇੱਕ ਫਿਲਮ ਵੀ ਬਣ ਰਹੀ ਹੈ ਜਿਸ ਵਿੱਚ ਕੇ ਜਸਮント ਸਿੰਘ ਗਿੱਲ ਦਾ ਰੋਲ ਆਖੇ ਕੁਮਾਰ ਅਦਾ ਕਰ ਰਹੇ ਨੇ ਤੇ ਪੰਜਾਬੀ ਕਮਿਊਨਿਟੀ ਦੇ ਸਿੱਖ ਸਰਦਾਰਾਂ ਦੇ ਇਸ ਤਰ੍ਹਾਂ ਦੇ ਬਹਾਦਰੀ ਦੇ ਕਾਰਨਾਮੇ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਪੂਰੀ ਜਾਣਕਾਰੀ ਪਹੁੰਚ ਸਕੇ ਧੰਨਵਾਦ